ਪੰਜਾਬ ਵੈਦਰ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੈ ਕੇ ਹਾਜ਼ਰ ਹੋਏ ਹਾਂ ਜੀ ਪੰਜਾਬੀ ਖਬਰਾਂ ਦਾ ਤਾਜ਼ਾ ਬੁਲੇਟਿਨ ਤੇ ਗੱਲਬਾਤ ਕਰਦੇ ਹਾਂ ਜੀ ਪੰਜਾਬ ਦੀਆਂ ਮਹੱਤਵਪੂਰਨ ਖਬਰਾਂ ਦੀ ਉਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਤੇ ਸਾਡੇ ਨਾਲ ਜੁੜੇ ਰਹਿਣ ਦੇ ਲਈ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਤੇ ਵਾਅਦੇ ਹਾਂ ਜੀ ਹੋਂ ਦੀ ਪਹਿਲੀ ਵੱਡੀ ਖਬਰ ਦੇ ਬਲ ਮੱਖ ਮੰਤਰੀ ਮਾਨ ਨੂੰ ਅੱਜ 20 ਅਕਤੂਬਰ ਨੂੰ ਮਾਨਸਾ ਅਦਾਲਤ ਵਿੱਚ ਪੇਸ਼ ਹੋਣ ਦੇ ਹੁਕਮਾਂ ਜੀ ਹਾਂ ਦੋਸਤੋ ਮਾਨਸਾ ਦੀ ਅਦਾਲਤ ਨੇ ਸਾਬਕਾ ਵਿਧਾਇਕ ਨਾਜ਼ਰ ਸਿੰਘ ਮਾਨਸਾਈਆਂ ਦੇ ਵੱਲੋਂ ਮਾਨਹਾਨੀ ਦੇ ਮਾਮਲੇ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ 20 ਅਕਤੂਬਰ ਨੂੰ ਮਾਨਸਾ ਦੀ ਅਦਾਲਤ ਦੇ ਵਿੱਚ ਪੇਸ਼ ਹੁੰਦੇ ਹੁਕਮ ਕੀਤੇ ਹਨ ਭਗਵੰਤ ਮਾਨ ਦੇ ਵੱਲੋਂ ਜੁਲਾਈ 2019 ਦੇ ਵਿੱਚ ਨਾਜ਼ਰ ਸਿੰਘ ਮਾਨਸਾਈਆਂ ਦੇ ਆਮ ਆਦਮੀ ਪਾਰਟੀ ਛੜ ਕੇ ਕਾਂਗਰਸ ਵਿੱਚ ਸ਼ਾਮਲ ਹੋਣ ਤੇ ਬਿਆਨ ਦਿੱਤਾ ਗਿਆ ਸੀ ਕਿ ਮਾਨਸਾਈਆਂ ਨੇ ਕਾਂਗਰਸ ਦੇ ਨਾਲ 10 ਕਰੋੜ ਰੁਪਏ ਦਾ ਸੌਦਾ ਕੀਤਾ ਅਤੇ ਇਸ ਮਾਮਲੇ ਨੂੰ ਲੈ ਕੇ ਨਾਜ਼ਰ ਸਿੰਘ ਮਾਨਸਾਈਆਂ ਨੇ ਅਦਾਲਤ ਦੇ ਵਿੱਚ ਮਾਨ ਹਾਨੀ ਦਾ ਕੇਸ ਦਾਇਰ ਕੀਤਾ ਸੀ ਪੀਐਮ ਮੋਦੀ ਦਾ ਦੀਵਾਲੀ ਦਾ ਤੋਹਫਾ 21 ਅਕਤੂਬਰ ਨੂੰ 75000 ਨੌਂ ਬਾਨਾਂ ਨੂੰ ਸੌਂਪਣਗੇ ਨਯੁਗਤੀ ਪੱਤਰ ਤਾਂ ਦੋਸਤੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਸਾ ਦੀਵਾਲੀ ਤੇ ਨੌਂ ਬਾਨਾਂ ਨੂੰ ਵੱਡਾ ਤੋਹਫਾ ਦੇਣ ਜਾ ਰਹੇ ਹਨ ਤੇ ਜਾਣਕਾਰੀ ਦੇ ਮੁਤਾਬਕ 21 ਅਕਤੂਬਰ ਨੂੰ ਪ੍ਰਧਾਨ ਮੰਤਰੀ ਮੋਦੀ 75000 ਨੌਂ ਬਾਨਾਂ ਨੂੰ ਨਯੁਗਤੀ ਪੱਤਰ ਸੌਂਪਣਗੇ ਤੇ ਇਹ ਪ੍ਰੋਗਰਾਮ ਵੀਡੀਓ ਕਾਨਫਰੈਂਸਿੰਗ ਦੇ ਰਾਹੀਂ ਕੀਤਾ ਜਾਵੇਗਾ ਐਸਾ ਪ੍ਰੋਗਰਾਮ ਦੇ ਵਿੱਚ ਦੇਸ਼ ਭਰ ਤੋਂ ਨੌਂ ਬਾਨ ਹਿੱਸਾ ਲੈਣਗੇ ਇਸਾ ਪ੍ਰੋਗਰਾਮ ਦੇ ਵਿੱਚ ਦੇਖਦੇ ਬੱਖ-ਬੱਖ ਸ਼ਹਿਰਾ ਤੋਂ ਕੇਂਦਰੀ ਮੰਤਰੀ ਵੀ ਸ਼ਿਰਕਤ ਕਰਨਗੇ Odisha ਤੋਂ ਸਿੱਖਿਆ ਮੰਤਰੀ ਤੇਰਮੇਂਦਰ ਪ੍ਰਧਾਨ ਗੁਜਰਾਤ ਤੋਂ ਮਾਨਸੋਕਾ ਮੰਡਵਿਆ ਚੰਡੀਗੜ੍ਹ ਤੋਂ ਅਨੁਰਾਗ ਠਾਕਰੇ ਮਹਾਰਾਸ਼ਟਰ ਤੋਂ ਪਈਉਸ਼ ਗੋਇਲ ਸਾਂਭਣ ਇਸ ਸਾਲ ਜੂਨ ਦੇ ਵਿੱਚ ਪੀਐਮ ਮੋਦੀ ਨੇ ਸਾਰੇ ਵਿਭਾਗਾਂ ਤੇ ਮੰਤਰਾਲਿਆਂ ਦੇ ਕੰਮ ਦੀ ਸਮੀਖਿਆ ਕਰਨ ਤੋਂ ਬਾਅਦ ਐਲਾਨ ਕੀਤਾ ਸੀ ਕਿ ਉਹਨਾਂ ਦੀ ਸਰਕਾਰ ਅਗਲੇ ਡੇਢ ਸਾਲ ਯਾਨੀ ਕਿ ਦਸੰਬਰ 2023 ਤੱਕ 10 ਲੱਖ ਨੌਕਰੀਆਂ ਦੇਵੇਗੀ ਤੇ ਪੀਐਮ ਮੋਦੀ ਨੇ ਐਲਾਨ ਤੋਂ ਬਾਅਦ ਇਸ ਦੇਸ਼ ਦੇ ਵਿੱਚ ਮਿਸ਼ਨ ਆਮੋੜ ਵਿੱਚ ਕੰਮ ਸ਼ੁਰੂ ਹੋ ਗਿਆ ਤੇ ਹੁਣ ਇਸ ਸਬੰਧ ਦੇ ਵਿੱਚ ਪ੍ਰਧਾਨ ਮੰਤਰੀ 75000 ਨੌਜਵਾਨ ਨੂੰ ਰੋਜ਼ਗਾਰ ਪੱਤਰ ਦੇਣਗੇ। ਥਾਣੇਦਾਰ ਦੀ ਗੋਲੀ ਲੱਗਣ ਦੇ ਨਾਲ ਜ਼ਖਮੀ ਹੋਏ ਨੌਜਵਾਨ ਦੀ ਹੋਈ ਮੌਤ। ਜੀਹਾਂ ਦੋਸਤੋ ਬੀਤੇ ਦਿਨ ਅੰਮ੍ਰਿਤਸਰ ਵਿੱਚ ਇਥੇ ਲਿਬਰਟੀ ਮਾਰਕੀਟ ਵਿਖੇ ਥਾਣੇਦਾਰ ਦੇ ਵੱਲੋਂ ਚਲਾਈ ਗੋਲੀ ਦੇ ਨਾਲ ਜਾਕ ਵਿੱਚ ਹੋਈ ਨੌਜਬੰਦੀ ਮਤ ਹੋ ਗਿਆ ਤੇ ਜੈਸ ਉਪਰੰਤ ਬਾਰਸਾ ਤੇ ਦੁਕਾਨਦਾਰਾਂ ਦੇ ਵੱਲੋਂ ਆਵਾਜ਼ਾਈ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕੈਨੇਡਾ ਵਿੱਚ ਪੱਕੇ ਹੋਣ ਦੇ ਚਾਹਵਾਨ ਲੋਕਾਂ ਦੇ ਲਈ ਖੁਸ਼ਖਬਰੀ 2023 ਦੇ ਤੱਕ 3 ਲੱਖ ਨਵੇਂ ਲੋਕਾਂ ਨੂੰ ਮਿਲੇਗੀ ਨਾਗਰਿਕਤਾ ਤਾਂ ਦੋਸਤੋ ਕੈਨੇਡਾ ਦੇ ਵਿੱਚ ਇੱਕ ਸਾਲ ਦੇ ਅੰਦਰ ਵੱਡੀ ਗਿਣਤੀ ਦੇ ਵਿੱਚ ਨਵੇਂ ਲੋਕਾਂ ਨੂੰ ਨਾਗਰਿਕਤਾ ਦੇਣ ਜਾ ਰਿਹਾ ਤੇ 2022-23 ਵਿੱਤੀ ਸਾਲ ਦੇ ਵਿੱਚ 3 ਲੱਖ ਲੋਕਾਂ ਨੂੰ ਨਾਗਰਿਕਤਾ ਦੇਣ ਦਾ ਉਹਦਾ ਟਿਚਾ ਤੇ ਨਾਗਰਿਕਤਾ ਲੈਣ ਦੇ ਲਾਈਨ ਵਿੱਚ ਵੱਡੀ ਗਿਣਤੀ ਦੇ ਵਿੱਚ ਆ ਭਾਰਤੀ ਵੀ ਹਨ ਇਮੀਗ੍ਰੇਸ਼ਨ ਸਰਨਾਰਟੀ ਅਤੇ ਨਾਗਰਿਕਤਾ ਕੈਨੇਡਾ ਮੈਮੋ ਦੇ ਅਨੁਸਾਰ ਕੁੱਲ 285000 ਲੋਕਾਂ ਦੀ ਨਾਗਰਿਕਤਾ ਦੇ ਲਈ ਫੈਸਲਾ ਕੋਨਾ ਪ੍ਰਕਿਰਿਆ ਚੱਲ ਰਹੀ ਹੈ ਤੇ 31 ਮਾਰਚ 2023 ਤੱਕ 3 ਲੱਖ ਲੋਕ ਨਵੇਂ ਲੋਕਾਂ ਨੂੰ ਨਾਗਰਿਕਤਾ ਦੇਣ ਦਾ ਟੀਚਾ ਹੈ 9 ਨਵੰਬਰ ਨੂੰ ਹੋਵੇਗੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਪ੍ਰਧਾਨ ਅਤੇ ਬਾਕੀ ਅਹੁਦੇਦਾਰਾਂ ਦੀ ਚੋਣ ਆ ਬੀਬੀ ਜੰਗੀਰ ਕੌਰ ਚੋਣਾਂ ਲੜਨ ਦੇ ਲਈ ਦਰੈੜਤਾ ਦੋਸਤੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਸੂਬੇ ਦੇ ਸਾਬਕਾ ਮੰਤਰੀ ਬੀਬੀ ਜੰਗੀਰ ਕੌਰ ਸ਼ਰੂਮਣੀ ਕਮੇਟੀ ਪ੍ਰਧਾਨ ਦੇ ਅਹੁਦੇ ਦੀ ਚੋਣਾਂ ਲੜਨ ਦੇ ਲਈ ਪੂਰੀ ਤਰ੍ਹਾਂ ਦ੍ਰਿੜ ਤਿਆਰ ਹੈ ਤੇ ਇਹ ਚੋਣਾਂ 9 ਨਵੰਬਰ ਨੂੰ ਹੋਣੇ ਤੈਅ ਹੈ ਤੇ ਜੇ ਪਾਰਟੀ ਉਹਨਾਂ ਨੂੰ ਇਸ ਅਹੁਦੇ ਤੇ ਨਹੀਂ ਵੀ ਥਾਪਦੀ ਤਾਂ ਵੀ ਉਹਨਾਂ ਨੇ ਵੱਖਰੇ ਤੌਰ ਤੇ ਚੋਣਾਂ ਲੜਨ ਦਾ ਫੈਸਲਾ ਕੀਤਾ ਹੈ ਇਹ ਪ੍ਰਗਟਾਵਾ ਖੁਦ ਬੀਬੀ ਜੰਗੀਰ ਕੌਰ ਨੇ ਕੀਤਾ ਤੇ ਉਹ ਕਮੇਟੀ ਦੇ ਵੱਖ-ਵੱਖ ਮੈਂਬਰਾਂ ਦੇ ਨਾਲ ਸੰਪਰਕ ਵੀ ਕਰ ਰਹੇ ਹਨ ਤੇ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਜਨਰਲ ਇਜਲਾਸ 9 ਨਵੰਬਰ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਦੁਪਹਿਰ 1 ਵਜੇ ਰੱਖਿਆ ਗਿਆ ਤੇ ਹਰ ਸਾਲ ਜਨਰਲ ਇਜਲਾਸ ਦੇ ਵਿੱਚ ਪ੍ਰਧਾਨ ਸੀਨੀਅਰ ਮੀਤ ਪ੍ਰਧਾਨ ਜੂਨੀਅਰ ਮੀਤ ਪ੍ਰਧਾਨ ਜਨਰਲ ਸਕੱਤਰ ਅਤੇ 11 ਅੰਤਰਿੰਗਾ ਕਮੇਟੀ ਮੈਂਬਰਾਂ ਦੀ ਚੋਣ ਹੁੰਦੀ ਹੈ ਕੈਬਨਟ ਮੰਤਰੀ ਧਾਲੀਵਾਲ ਦਾ ਵੱਡਾ ਬਿਆਨ ਕਿਹਾ ਨਹੀਂ ਬਦਲਾ ਜਾਵੇਗਾ ਪੀਏਯੂ ਦਾ ਵਾਈਸ ਚਾਂਸਲਰ ਜੀਹਾਂ ਦੋਸਤੋ ਪੀਏਯੂ ਦੇ BC BC. बीसी ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ ਕੈਬਨਟ ਮੰਤਰੀ ਕੁਲਦੀਪ ਸੰਘਾ ਤਾਲੀਵਾਲ ਨੇ ਕਹਿ ਕੇ ਯੂਨੀਵਰਸਿਟੀ ਦੇ बीसी ਸਤਵੀਰ ਸਿੰਘ ਗੋਸ਼ੀਲ ਨੂੰ ਬਦਲਿਆ ਨਹੀਂ ਜਾਵੇਗਾ ਤੇ ਮੀਡੀਆ ਰਿਪੋਰਟਰਾਂ ਨੇ ਹਵਾਲੇ ਤੋਂ ਇਹ ਖਬਰ ਸਾਹਮਣੇ ਆਈ ਹੈ ਤੇ ਪੰਜਾਬ ਦੇ ਰਾਜਪਾਲ ਬਨਵਾਰੀ لال ਪ੍ਰੋਹਿਤ ਨੇ ਪੰਜਾਬ ਸਰਕਾਰ ਨੂੰ ਪੀਏਯੂ ਦਾ ਬੀਸੀ ਬਦਲਣ ਦੇ ਆਦੇਸ਼ ਦਿੱਤੇ ਸਨ ਜਿਸ ਤੋਂ ਬਾਅਦ ਬੀਸੀ ਦਾ ਮਾਮਲਾ ਕਾਫੀ ਗਰਮਾ ਗਿਆ ਹੈ ਮਾਨਸਾ ਅਦਾਲਤ ਪੇਚੀ ਭਗਤਾਂ ਨੂੰ ਪੁੱਜੇ ਸੀਐਮ ਮਾਨ ਕਾਂਗਰਸ ਨੂੰ ਲੈ ਕੇ ਕਈ ਵੱਡੀ ਗੱਲ ਤਾਂ ਦੋਸਤੋ ਮੁੱਖ ਮੰਤਰੀ ਭਗਵੰਤ ਮਾਨ ਅੱਜ ਉਹਨਾਂ ਤੇ ਦਰਜ ਮਾਨਹਾਨੀ ਕੇਸ ਅਦਲੀ ਮਾਨਸਾ ਅਦਾਲਤ ਤੋ ਪਹੁੰਚੇ ਹੰਤੇ ਦੱਸਦਿਏ ਕਿ ਇਹ ਕੇਸ ਮਾਨਸਾ ਤੋਂ ਸਾਬਕਾ ਵਿਧਾਇਕ ਨਾਜਰ ਸਿੰਘਾ ਮਾਨਸਾਈਆ ਦੇ ਵੱਲੋਂ ਦਰਜ ਕਰਵਾਇਆ ਗਿਆ ਸੀ ਤੇ ਮਾਨਯੋਗ ਅਦਾਲਤ ਨੇ 20 ਅਕਤੂਬਰ ਨੂੰ ਇਸ ਮਾਮਲੇ ਦੇ ਵਿੱਚ ਮੁੱਖ ਮੰਤਰੀ ਨੂੰ ਸਮਨ ਜਾਰੀ ਕਰਕੇ ਅਦਾਲਤ ਦੇ ਵਿੱਚ ਪੇਸ਼ ਹੋਣ ਦੇ ਹੁਕਮ ਦਿੱਤੇ ਸਨ ਇਹ ਤੇ ਵੀ ਦਸਨਾ ਯੋਗ ਹੈ ਕਿ 2019 ਵਿੱਚ ਆਮ ਆਨਸ਼ਾਈਆ ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋ ਗਏ ਸਨ ਜਿਸ ਤੇ ਮੁੱਖ ਮੰਤਰੀ ਮਾਨ ਨੇ ਬਿਆਨ ਦਿੰਦਿਆ ਕਿ ਅਸਿਕ ਕਾਂਗਰਸ ਨੇ ਸਾਬਕਾ ਵਿਧਾਇਕ ਦੇ ਨਾਲ ਪਾਰਟੀ ਵਿੱਚ ਸ਼ਾਮਲ ਹੋਣ ਦੇ ਲਈ 10 ਕਰੋੜ ਰੁਪਏ ਦੇ ਵਿੱਚ ਸੌਦਾ ਕੀਤਾ ਹੈ ਜਹਤੇ ਚਲਦਿਆ ਆਮ ਆਨਸ਼ਾਈਆ ਨੇ ਮਾਨ ਤੇ ਮਾਨਹਾਨੀ ਦਾ ਕੇਸ ਦਰਜ ਕੀਤਾ ਸੀ ਤੇ ਇਸ ਸਬੰਧੀ ਜ਼ਿਆਦਾ ਗੱਲਬਾਤ ਕਰਦਿਆਂ ਮਾਨ ਨੇ ਕਾਂਗਰਸ ਸਰਕਾਰ ਤੇ ਨਿਸ਼ਾਨਾ ਬੰਨ੍ਹਦਿਆਂ ਕਿਹਾ ਹੈ ਕਿ ਕਿਸ ਸਰਪਾ ਲੀਡਰਾਂ ਦੀ ਮਾਨਹਾਨੀ ਹੁੰਦੀ ਹੈ ਜੋ ਇਹਨਾਂ ਨੇ ਦੇਸ਼ ਅਤੇ ਕਰੋੜਾਂ ਵਸਨੀਕਾਂ ਦੀ ਮਾਣਹਾਨੀ ਕੀਤਾ ਹੈ ਉਸ ਦਾ ਕੀ ਉਹਨਾਂ ਨੇ ਕਹਿ ਕੇ ਜੇਕਰ ਕੋਈ ਵੀ ਆਪ ਆਗੂ ਇਹਨਾਂ ਦੇ ਖਿਲਾਫ ਕੁਝ ਬੋਲਦਾ ਹੈ ਤਾਂ ਉਸ ਨੂੰ ਮਾਣਹਾਨੀ ਕਹਿ ਦਿੱਤਾ ਜਾਂਦਾ ਪਰ ਮੈਂ ਮਾਨਸ਼ਾਹੀਆ ਨੂੰ ਪੁੱਛਣਾ ਚਾਹੁੰਦਾ ਹੈ ਕਿ ਕੀ 1.5 ਲੱਖ ਲੋਕਾਂ ਨੇ ਉਹਨਾਂ ਨੂੰ ਵੋਟ ਪਾ ਕੇ ਜਿਤਾਇਆ ਸੀ ਪਰ ਪਾਰਟੀ ਛੱਡ ਕੇ ਕਾਂਗਰਸ ਦੇ ਵਿੱਚ ਜਾਣ ਵੇਲੇ ਉਹਨਾਂ ਨੇ ਲੋਕਾਂ ਤੋਂ ਕਿਉਂ ਨਹੀਂ ਪੁੱਛਿਆ ਕਿ ਅਸ ਬੈਲੀ ਉਹਨਾਂ ਲੋਕਾਂ ਦੀ ਮਾਨ ਹਾਨੀ ਨਹੀਂ ਹੋਈ ਪਰਾਲੀ ਸਾੜਨ ਤੋਂ ਰੋਕਣ ਦੇ ਮਾਮਲੇ ਵਿੱਚ ਪੰਜਾਬ ਸਰਕਾਰ ਨੂੰ ਕੇਂਦਰ ਦੀ ਝਾੜ ਕਿਹਾ ਹਰਿਆਣਾ ਦੀ ਸਥਿਤੀ ਬਿਹਤਰ ਹੈ ਜੀहां ਦੋਸਤੋ ਕੇਂਦਰ ਸਰਕਾਰ ਨੇ ਬਹੁਤ ਵਾਰ ਨੂੰ ਕਿਹਾ ਕਿ ਪੰਜਾਬ ਦੇ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ ਤੇਜ਼ ਜਿੱਦ ਨਾਲ ਵਧਣੀਆਂ ਸ਼ੁਰੂ ਹੋ ਚੁੱਕੀਆਂ ਹਨ ਤੇ ਸੁਭਾ ਸਰਕਾਰ ਨੇ ਇਸ ਨੂੰ ਰੋਕਣ ਦੇ ਲਈ ਲੋੜੀ ਦੇ ਕਦਮ ਨਹੀਂ ਚੁੱਕੇ ਹਨ ਤੇ ਦਿੱਲੀ ਕੌਮੀ ਰਾਜਧਾਨੀ ਖੇਤਰ ਦੇ ਵਿੱਚ ਆ ਪਰਾਲੀ ਸਾੜਨ ਦੇ ਮੁੱਦੇ ਉੱਤੇ ਇੱਕ ਅੰਤਰ ਮੰਤਰਾਲਾ ਮੀਟਿੰਗ ਕੇਂਦਰ ਮੀਟਿੰਗ ਦੇ ਦੌਰਾਨ ਕੇਂਦਰੀ ਵਾਤਾਵਰਨ ਮੰਤਰੀ ਭੁਪੇਂਦਰ ਜਾਦਵ ਨੇ ਚਿੰਤਾ ਪ੍ਰਗਟ ਕੀਤੀ ਹੈ ਕਿ ਪੰਜਾਬ ਸਰਕਾਰ ਸੁਬੇ ਦੇ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਰੋਕਣ ਦੇ ਲਈ ਤਾਲਮੇਲ ਅਤੇ ਪ੍ਰੀਕਾਰਵਾਈ ਕਰਨ ਦੇ ਲਈ ਕੋਈ ਕਦਮ ਨਹੀਂ ਚੁੱਕ ਰਹੀ ਵਾਤਾਵਰਨ ਮੰਤਰਾਲਾ ਨੇ ਇੱਕ ਬਿਆਨ ਦੇ ਅਨੁਸਾਰ ਕੀਤੀ ਬਾੜੀ ਮੰਤਰੀ ਕਿਸਾਨ ਭਲਾਈ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਇਸ ਮੌਕੇ ਕਹਿ ਕੇ ਹਰਿਆਣਾ ਦੇ ਵਿੱਚ ਪਰਾਲੀ ਪ੍ਰਬੰਧਨ ਦੀ ਸਥਿਤੀ ਪੰਜਾਬ ਦੇ ਨਾਲੋਂ ਬਹੁਤ ਵਧੀਆ ਹੈ ਅਤੇ 15 ਅਕਤੂਬਰ ਤੱਕ ਪ੍ਰਾਣੀ ਸਾੜਨ ਦੀਆਂ ਘਟਨਾਵਾਂ ਪਿਛਲੇ ਸਾਲ ਦੇ ਮੁਕਾਬਲੇ ਘੱਟ ਸਨ ਪਰ ਹੁਣ ਇਹ ਤੇਜ਼ੀ ਦੇ ਨਾਲ ਵਧਣੀਆਂ ਸ਼ੁਰੂ ਹੋ ਚੁੱਕੀਆਂ ਹਨ ਤੇ ਖਾਸ ਕਰਕੇ ਪੰਜਾਬ ਦੇ ਵਿੱਚ ਪੰਜਾਬ ਵਿੱਚ ਟੋਲ ਪਲਾਜ਼ੇ ਬੰਦ ਹੋਣਗੇ ਜਾਂ ਨਹੀਂ ਪੰਬਲਪੂਸੇ ਵਿੱਚ ਸਰਕਾਰ ਤਾਂ ਦੋਸਤੋ ਪੰਜਾਬ ਦੇ ਵਿੱਚ 11 ਰਾਸ਼ਟਰੀ ਸੜਕਾਂ ਦੇ BOT ਸਰਕਾਰ ਜੋਇਨਾ ਬੰਦ ਟੋਲ ਪਲਾਜ਼ਿਆਂ ਨੂੰ ਬੰਦ ਕਰਨ ਨੂੰ ਲੈ ਕੇ ਦੋ ਚੀਤੀ ਦੇ ਵਿੱਚ ਹੈ ਸਰਕਾਰ ਨੇ ਇਹਨਾਂ ਟੋਲ ਪਲਾਜ਼ਿਆਂ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਪਰ ਨਿਯਮਾਂ ਦੇ ਮੁਤਾਬਕ ਟੋਲ ਪਲਾਜ਼ਿਆਂ ਨੂੰ ਕਈ ਕਰੋੜਾਂ ਦੇ ਮੁਆਵਜ਼ਾ ਰਾਸ਼ੀ ਦੇਣਾ ਤੇ ਉਹਨਾਂ ਸੜਕਾਂ ਦੀ ਸਾਂਭ ਸੰਭਾਲ ਨੂੰ ਲੈ ਕੇ ਸੁਭਾ ਸਰਕਾਰ ਮੁਸ਼ਕਲ ਦੇ ਵਿੱਚ ਹੈ ਤੇ ਪੰਜਾਬ ਦੇ ਵੱਲੋਂ ਯੋਗਤ ਇੰਜੀਨੀਅਰਿੰਗ ਸਲਾਹਕਾਰ ਸੰਸਥਾਵਾਂ ਨੇ ਵੀ ਸਰਕਾਰ ਨੂੰ ਇਹਨਾਂ ਟੋਲ ਪਲਾਜ਼ੇ ਨੂੰ 472 ਦਿਨਾਂ ਤੋਂ ਲੈ ਕੇ 496 ਦਿਨਾਂ ਤੱਕ ਚਲਾਉਣ ਦਾ ਸੁਝਾਅ ਦਿੱਤਾ ਹੈ ਤਾਂ ਜੋ ਕਰੋਨਾ ਤੇ ਕਿਸਾਨ ਅੰਦੋਲਨ ਦੇ ਦੌਰਾਨ ਬੰਦ ਹੋਏ ਟੋਲ ਪਲਾਜ਼ਿਆਂ ਦੀ ਪਰਭਾਈ ਕੀਤੀ ਜਾ ਸਕੇ। ਕਰੀਬਾ ਡੇਢ ਮਹੀਨੇ ਪਹਿਲਾਂ ਸਰਕਾਰ ਦਾ ਫੈਸਲਾ ਸੀ ਕਿ ਇੱਕ ਇੱਕ ਕਰਕੇ ਪੰਜਾਬ ਦੇ ਸਾਰੇ ਟੋਲ ਪਲਾਜ਼ਾ ਬੰਦ ਕਰ ਦਿੱਤੇ ਜਾਣਗੇ ਪਰ ਸੰਗਰੂਰਾ ਲੁਧਿਆਣਾ ਮਾਰਗ ਤੇ ਦੋ ਟੋਲ ਪਲਾਜਾ ਬੰਦ ਕਰਨ ਦੇ ਹੁਕਮ ਜਾਰੀ ਹੋਣ ਤੋਂ ਬਾਅਦ ਉਹਨਾਂ ਦੋਵਾਂ ਟੋਲ ਪਲਾਜਾਂ ਦੇ ਢਾਂਚੇ ਵੀ ਉਖਾੜ ਦਿੱਤੇ ਜਸਨ ਤੇ ਪੰਜਾਬ ਸਰਕਾਰ ਨੇ ਇਹ ਫੈਸਲਾ ਕੀਤਾ ਸੀ ਕਿ ਸੂਬੇ ਦੇ ਅਧੀਨ ਆਉਂਦਗੀਆਂ ਸੜਕਾਂ ਦੀ ਦੇਖਰੇਖ ਸਰਕਾਰ ਹੁਣ ਖੁਦ ਕਰੇਗੀ ਅਤੇ ਕੇਂਦਰ ਸਰਕਾਰ ਤੋਂ ਵੀ ਇਸ ਸਬੰਧੀ ਮਦਦ ਲਈ ਜਾਵੇਗੀ ਪਰ ਸਥਿਤੀ ਵੱਖਰੀ ਹੋ ਰਹੀ ਹੈ ਅਤੇ ਜਿਨ੍ਹਾਂ BOT ਟੋਲ ਪਲਾਜਾਂ ਨੂੰ ਬੰਦ ਕਰਨ ਦਾ ਫੈਸਲਾ ਪੰਜਾਬ ਸਰਕਾਰ ਨੇ ਸਿਧਾਂਤਕ ਤੌਰ ਤੇ ਲਿਆ ਤੇ ਉਹਨਾਂ ਨੇ ਸ਼ਰਤਾਂ ਤੇ ਨੈਜਮਾ ਦੇ ਮੁਤਾਬਕ ਪੰਜਾਬ ਸਰਕਾਰ ਦੇ ਟੋਲ ਪਲਾਜ਼ਾ ਬੰਦ ਕਰਨ ਦੇ ਬਦਲੇ ਵਿੱਚ ਕਰੋੜਾ ਰੁਪਏ ਦਾ ਮੁਆਵਜ਼ਾ ਮੰਗਿਆ ਤੇ ਇਹ ਮੁਆਵਜ਼ਾ ਕਰੋਨਾ ਕਾਲ ਅਤੇ ਕਿਸਾਨ ਅੰਦੋਲਨ ਦੇ ਦੌਰਾਨ ਟੋਲ ਪਲਾਜ਼ਿਆਂ ਤੇ ਕਿਸਾਨਾਂ ਦੇ ਕਬਜ਼ਿਆਂ ਦੇ ਨਾਲ ਹੋਏ ਟੋਲ ਨੁਕਸਾਨ ਦੀ ਪਰਪਾਈ ਦਾ ਹੈ ਸੋਨੇ ਅਤੇ ਚਾਂਦੀ ਦੀ ਜਲਦ ਕਰੋ ਖਰੀਦ ਆ ਅੱਜ ਵੀ ਪਾਹਨ ਸਹਰਾਤਾ ਦੋਸਤੋ ਧਨ 13 ਤੋਂ ਲੈ ਕੇ ਪਹਿਲਾ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਲਗਾਤਾਰ ਉਤਰਾ ਚੜਾ ਦੇਖਣ ਨੂੰ ਮੈ ਰਿਆ ਪਰ ਅੱਜ ਸੋਨੇ ਨਾ ਕੀਮਤਾਂ ਵਿੱਚ ਕੋਈ ਵੀ ਬਦਲਾਅ ਨਹੀਂ ਹੋਇਆ ਤੇ ਇਸ ਦੇ ਨਾਲ ਹੀ ਚਾਂਦੀ ਦੀਆਂ ਕੀਮਤਾਂ ਵਿੱਚ ਵੀ ਕੋਈ ਬਦਲਾਅ ਨਹੀਂ ਹੋਇਆ ਤੁਹਾਨੂੰ ਦੱਸ ਦਿਆ ਕਿ ਅੱਜ ਭਾਰਤ ਦੇ ਵਿੱਚ 22 ਕੈਰੇਟ 10 ਗ੍ਰਾਮ ਸੋਨੇ ਦੀ ਕੀਮਤ 46550 ਰੁਪਏ ਹੈ ਅਤੇ ਜਰੂਰ ਕਿ ਕੱਲ ਦੀ ਕੀਮਤ 46550 ਰੁਪਏ ਸੀ ਤੇ ਦੂਜੀ ਤਰਫ ਦੇ ਦੇ ਵਿੱਚ ਚਾਂਦੀ ਦੀ ਕੀਮਤ 56400 ਰੁਪਏ ਪ੍ਰਤੀ ਕਿਲੋਗ੍ਰam ਅਤੇ ਜੋ ਕੱਲ 50400 ਰੁਪਏ ਪ੍ਰਤੀ ਕਿਲੋਗ੍ਰam ਸੀ ਮਤਲਬ ਅੱਜ 200 ਰੁਪਏ ਸਸਤਾ ਹੋਇਆ ਹੈ ਚੰਡੀਗੜ੍ਹ ਦੇ ਵਿੱਚ ਵੀ ਸੋਨੇ ਦੀ ਕੀਮਤ ਵਿੱਚ ਅੱਜ ਕੋਈ ਬਦਲਾਅ ਨਹੀਂ ਹੋਇਆ ਤੇ ਅੱਜ 1 ਗ੍ਰਾਮ 22 ਕੈਰੇਟ ਸੋਨੇ ਦੀ ਕੀਮਤ 4655 ਰੁਪਏ ਤੇ ਚੱਲ ਰਿਹਾ ਤੇ ਕੱਲ 4655 ਰੁਪਏ ਤੇ ਸੀ ਤੇ 8 ਗ੍ਰਾਮ ਸੋਨੇ ਦੀ ਕੀਮਤ 37240 ਰੁਪਏ ਜੋ ਕਿ ਕੱਲ ਵੀ 37240 ਰੁਪਏ ਸੀ ਬਠਿੰਡਾ ਜ਼ਿਲ੍ਹੇ ਤੋਂ 스마트 ਮੀਟਰ ਲਗਾਉਣ ਦੀ ਹੋਵੇਗੀ ਸ਼ੁਰੂਆਤ ਪੱਤਰ ਜਾਰੀ ਜਿਆਂ ਦੋਸਤੋ ਪੰਜਾਬ ਸਰਕਾਰ ਦੇ ਵੱਲੋਂ ਬਿਜਲੀ ਚੋਰੀਆਂ ਦੇ ਉੱਤੇ 56 ਕਸਮ ਦੇ ਲਈ ਪੰਜਾਬ ਦੇ ਬਠਿੰਡਾ ਜ਼ਿਲ੍ਹੇ ਦੇ ਵਿੱਚ 스마트 ਮੀਟਰ ਲਗਾਉਂਦੀ ਸ਼ੁਰੂਆਤ ਸਰਕਾਰੀ ਦਫ਼ਤਰਾਂ ਅਤੇ ਮਲਾਇਮਾਂ ਦੇ ਘਰਾਂ ਤੋਂ ਹੋ ਰਹੀ ਹੈ ਤੇ ਬਠਿੰਡਾ ਜ਼ਿਲ੍ਹੇ ਵਿੱਚ 15 ਸਤੰਬਰ ਤੱਕ ਘਰਾਂ ਵਿੱਚ 스마트 ਮੀਟਰ ਲਗਾਉਂਦੀ ਹਦਾਇਤ ਜਾਰੀ ਹੋਈ ਹੈ ਪਾਵਰ ਕਮਾ ਮੰਡਲ ਬਟਿੰਡਾ ਦੇ ਸੀਨੀਅਰ ਕਾਰਜਕਾਰੀ ਇੰਜੀਨੀਅਰ ਦੇ ਦਸਤਾਖਤਾਂ ਹੇਠ ਇੱਕ ਪੱਤਰ ਜਾਰੀ ਹੋਇਆ ਹੈ ਤੁਹਾਨੂੰ ਦੱਸ ਦਿਆ ਪੱਤਰ ਦੇ ਵਿੱਚ ਕਿਹਾ ਗਿਆ ਕਿ 30 ਅਗਸਤ 2022 ਦੇ ਵਿੱਚ ਹੋਈ ਬੈਠਕ ਦੇ ਤਹਿਤ ਬਟਿੰਡਾ ਦੇ ਅਧੀਨ ਪੈਂਦੇ ਸਰਕਾਰੀ ਦਫ਼ਤਰਾਂ ਕਾਰਪੋਰੇਸ਼ਨਾਂ ਦਫ਼ਤਰਾਂ ਸਰਕਾਰੀ ਕੁਆਟਰਾਂ ਤੇ ਸਰਕਾਰੀ ਮਲਾਈਮਾਂ ਦੇ ਘਰਾਂ ਦੇ ਵਿੱਚ 스마트 ਮੀਟਰਾਂ ਪਹਿਲ ਦੇ ਆਧਾਰ ਦੇ ਉੱਪਰ ਲਾਈ ਜਾਣ ਤੇ ਹੁਕਮ ਜਾਰੀ ਹੋਏ ਹਨ ਤੇ ਇਸ ਵਿੱਚ ਇਹ ਵੀ ਜ਼ਿਕਰ ਕੀਤਾ ਗਿਆ ਕਿ 15 ਸਤੰਬਰ ਤੱਕ ਸਰਕਾਰੀ ਦਫ਼ਤਰਾਂ ਅਤੇ ਸਰਕਾਰੀ ਮਲਾਈਮਾਨੀਆਂ ਰਹਾਇਸ਼ਾਂ ਦੇ ਵਿੱਚ 스마트 ਮੀਟਰ ਲਗਾ ਕੇ ਪਾਵਰਕਮ ਦਫ਼ਤਰ ਨੂੰ ਸੂਚਿਤ ਕੀਤਾ ਜਾਵੇ। ਸਿਮਰਨਜੀਤ ਮਾਨ ਦੇ ਵੱਲੋਂ ਕਟੂਆ ਦੇ ਵਿੱਚ ਤੀਜੇ ਦਿਨ ਵੀ ਧਰਨਾ ਜਾਰੀ ਹੁਣ ਅਦਾਲਤ ਦਾ ਕੀਤਾ ਰੋਕਾ ਤਾਂ ਦੋਸਤੋ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਅਤੇ ਸੰਗਰੂਰ ਤੋਂ ਲੋਕ ਸਭਾ ਮੈਂਬਰ ਸਿਮਰਨਜੀਤ ਮਾਨ ਦੇ ਵੱਲੋਂ ਪੰਜਾਬ ਅਤੇ ਜੰਮੂ ਕਸ਼ਮੀਰ ਦੇ ਵਿਚਾਲੇ ਲਖਣਪੌਰਾ ਬਾਰਡਰ ਤੇ ਧਰਨਾ ਤੀਜੇ ਦਿਨ ਵੀ ਜਾਰੀ ਹੈ ਅਤੇ ਮਾਨ ਦੇ ਵੱਲੋਂ ਆਪਣੇ ਸਾਥੀਆਂ ਦੇ ਨਾਲ ਕਟੂਆ ਦੇ ਵਿੱਚ ਦਾਖਲ ਹੋਣ ਦੇ ਲਈ ਬਾਰਡਰ ਤੱਕ ਪੁੱਜੇ। ਤਾ ਜੰਮੂ ਕਸ਼ਮੀਰ ਪੁਲਿਸ ਨੇ ਉਹਨਾਂ ਨੂੰ ਰੋਕ ਕੇ ਦੱਸਿਆ ਕਿ ਉਹਨਾਂ ਨੂੰ ਜੰਮੂ ਕਸ਼ਮੀਰ ਦੇ ਵਿੱਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਹੈ ਹੁਣ ਮਾਨ ਨੇ ਇਸ ਸੰਬੰਧੀ ਅਦਾਲਤ ਦਾ ਰੋਖਾ ਕੀਤਾ ਹੈ ਤੇ ਐਮਪੀ ਨੇ ਜ਼ਿਲ੍ਹਾ ਮੈਜਿਸਟਰੇਟ ਕਟੂਆ ਦੇ ਹੁਕਮਾਂ ਨੂੰ ਚੁਣੌਤੀ ਦੇਣ ਵਾਲੀ ਇੱਕ ਪਟੀਸ਼ਨ ਪਾਈ ਹੈ ਤੇ ਜ਼ਿਲ੍ਹਾ ਮੈਜਿਸਟਰੇਟ ਕਟੂਆ ਦੇ ਹੁਕਮਾਂ ਨੂੰ ਚੁਣੌਤੀ ਦਿੱਤੇ ਹੈ ਸਿਮਰਨਜੀਤ ਮਾਨ ਨੇ ਟਿਊਬ ਦੇ ਵਿੱਚ ਕਿਹਾ ਹੈ ਕਿ ਮੈਂ ਜ਼ਿਲ੍ਹਾ ਮੈਜਿਸਟਰੇਟ ਕਟੂਆ ਦੇ ਹੁਕਮਾਂ ਨੂੰ ਚੁਣੌਤੀ ਦੇਣ ਵਾਲੀ ਇੱਕ ਪਟੀਸ਼ਨ ਪਾਈ ਹੈ ਜਿਸ ਵਿੱਚ ਮੈਨੂੰ 17 ਤਰੀਕ ਨੂੰ ਤ੍ਰੰਤ ਪ੍ਰਭਾਵ ਦੇ ਨਾਲ ਜੰਮੂ ਅਤੇ ਕਸ਼ਮੀਰ 'ਚ ਛੜਨ ਦਾ ਹੁਕਮ ਦਿੱਤਾ ਗਿਆ ਸੀ। ਅਮੀਰਾ ਕੇ ਸਹਸਨ ਜਾਜੇ ਕਲ ਅਦਾਲਤ ਦੇ ਵਿੱਚ ਮੇਰੇ ਜੰਮੂ ਕਸ਼ਮੀਰਾਂ ਦੇ ਦੌਰੇ ਨੂੰ ਗੈਰ ਕਾਨੂੰਨੀ ਤਰੀਕੇ ਦੇ ਨਾਲ ਰੋਕਣ ਦੇ ਖਿਲਾਫ ਆਪਣਾ ਫੈਸਲਾ ਸੁਣਾਵੇ। ਪਠਾਨਕੋਟ ਦੇ ਵਿੱਚ ਭਾਰੀ ਮੀਂਹ ਦੇ ਨਾਲ ਪਏ ਗੜੇ ਮੰਡੀਆਂ ਦੇ ਵਿੱਚ ਪੱਜਿਆ ਝੋਨਾ ਕਈ ਸ਼ਰਨ ਵਿੱਚ ਛਾਇਬਦਲਾਤਾ ਦੋਸਤੋ ਪੰਜਾਬ ਦੇ ਵਿੱਚ ਮੌਸਮ ਹੈ ਇੱਕ ਵਾਰ ਫਿਰ ਕਰਵਟ ਲਹਿਰਿਆ ਤੇ ਵੀਰਵਾਰ ਸਵੇਰੇ ਪਠਾਨਕੋਟ ਦੇ ਨਟੋਰਾ ਜਮਲ ਸਿੰਘਾ ਤੇ ਬਮਿਆਲ ਖੇਤਰਨ ਵਿੱਚ ਇੱਕ ਘੰਟੇ ਤੋਂ ਭਾਰੀ بارش ਦੇ ਨਾਲ ਗੜੇ ਵੀ ਪਏ ਹਨ ਤੇ ਇਸ ਕਾਰਨ ਕਿਸਾਨਾਂ ਨੂੰ ਮੁਸ਼ਕਲਾਂ ਬਾਹਰ ਗਈਆਂ ਹਨ ਕਿਉਂਕਿ ਇਲਾਕੇ ਦੇ ਵਿੱਚ ਹਜੇ 50% ਝੋਨੇ ਦੀ ਫਸਲ ਦੀ ਕਟਾਈ ਹੋਣੀ ਬਾਕੀ ਹੈ ਮੀਂਹ ਦੇ ਕਾਰਨ ਲੱਗ ਕੇ ਦੀਆਂ ਅਨਾਜ ਮੰਡੀਆਂ ਦੇ ਵਿੱਚ ਖੁੱਲੇ ਅਸਮਾਨ ਦੇ ਹੇਠਾਂ ਪਈ ਝੋਨੇ ਦੀ ਫਸਲ ਵੀ ਪੈਜ ਗਈ ਤੇ ਇਸ ਕਾਰਨ ਕਿਸਾਨਾਂ ਦੇ ਮੱਥੇ ਤੇ ਚਿੰਤਾ ਦੀਆਂ ਲਕੀਰਾਂ ਲੱਗ ਗਈਆਂ ਹਨ ਤੇ بارش ਅਤੇ ਗੜ੍ਹਾਂ ਦੇ ਕਾਰਨ ਬਾਸਮਤੀ ਦੀ ਫਸਲ ਨੂੰ ਜ਼ਿਆਦਾ ਨੁਕਸਾਨ ਹੋਣ ਦਾ ਖਰਚਾ ਹੈ ਧਿਆਨ ਦੇਣਯੋਗ ਗੱਲ ਇਹ ਹੈ ਕਿ ਮੌਸਮ ਵਿਭਾਗ ਚੰਡੀਗੜ੍ਹ ਨੇ ਵੀਰਵਾਰ ਨੂੰ ਪਠਾਨਕੋਟ ਆ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਹੁਸ਼ਿਆਰ ਪਰ ਸ਼ਹੀਦ ਭਗਤ ਸਿੰਘ ਨਗਰ ਕਪੂਰਥਲਾ ਜਲੰਧਰ ਆ ਲੁਧਿਆਣਾ ਮੁਹਾਲੀ ਪਟਿਆਲਾ ਬਰਨਾਲਾ ਮਾਨਸਾ ਸਣੇ ਪੂਰਬੀ ਮਾਲਵੇ ਦੇ ਵਿੱਚ ਆ ਪਾਰੀ ਮੀਂਹ ਪੈਣ ਦੀ ਪੂਵਕ ਬਾਣੀ ਕੀਤੀ ਸੀ ਤੇ ਇਸ ਦੌਰਾਨ 5 ਤੋਂ 10 ਕਿਲੋਮੀਟਰ ਪ੍ਰਤੀ ਘੰਟੇ ਦੀ ਤੇਜ਼ ਰਫਤਾਰ ਦੇ ਨਾਲ ਹਵਾਵਾਂ ਚੱਲਣ ਦੀ ਵੀ ਸੰਭਾਵਨਾ ਹੈ ਪੰਜਾਬ ਮੌਸਮਾ ਵਿਭਾਗ ਦੇ ਅਨੁਸਾਰ 23 ਅਤੇ 24 ਅਕਤੂਬਰ ਦੇ ਆਸ-ਪਾਸ ਪੱਛਮੀ ਮਧ ਪ੍ਰਦੇਸ਼ ਦੀ ਖਾੜੀ ਦੇ ਉੱਤੇ ਇੱਕ ਗਰਮ ਚੱਕਰਵਾਤ ਬਣਨ ਦੀ ਸੰਭਾਵਨਾ ਹੈ ਤੇ ਆਈਐਮਡੀ ਦੇ ਭੁਵਨੇਸ਼ਵਰ ਕੇਂਦਰ ਦੇ ਇੱਕ ਬਿਆਨ ਦੇ ਵਿੱਚ ਕਿਹਾ ਗਿਆ ਕਿ ਸੋਮਵਾਰ ਨੂੰ ਦੱਖਣੀ ਅੰਡੇਮਾਨ ਸਾਗਰ ਦੇ ਨੇੜੇ ਖੇਤਰਾਂ ਦੇ ਵਿੱਚ ਇੱਕ ਚੱਕਰਵਾਤੀ ਚੱਕਰ ਹੁਣ ਉੱਤਰੀ ਅੰਡੇਮਾਨ ਸਾਗਰ ਤੇ ਆਸ-ਪਾਸ ਦੇ ਖੇਤਰਾਂ ਵਿੱਚ ਜਾਰੀ ਆ ਤੇ ਇਸ ਤੋਂ ਲੱਗ ਪੰਜਾਬ ਦੇ ਵਿੱਚ ਪਰਾਲੀ ਸਾੜਨ ਦੇ ਕਾਰਨ ਪ੍ਰਦੂਸ਼ਣ ਵਧ ਰਿਹਾ ਹੈ ਤੇ ਸਵੇਰੇ ਦੇ ਕਈ ਸ਼ਹਿਰਾਂ ਵਿੱਚ AQI 100 ਨੂੰ ਪਾਰ ਕਰ ਗਿਆ ਹੈ